साहिब श्री गुरु अमरदास जी के प्रकाश पुरब के मौके पर दिल्ली सिख गुरद्वारा प्रबंधक कमेटी वालों दिल्ली के पांडव नगर में लंगर लगाया गया। इस मौके पर पटेल नगर तो दिल्ली नगर निगम के कौंसलर परमजीत सिंह राणा ने विशेष तौर पर शमूलियत की। इस मौके उन्होंने कहा कि इस थान पर दिल्ली सिख गुरद्वारा प्रबंधक कमेटी वालों हर महीने लंगर लगाया जाया करेगा। ਨਵੇਕਲੇ ਤਰੀਕੇ ਨਾਲ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੋੜੀਆਂ ਦੀ ਸੇਵਾ ਕੀਤੀ ਸੀ ਔਰ ਇੱਥੇ ਆ ਕੇ ਇਹਨਾਂ ਪਰਿਵਾਰਾਂ ਦੇ ਨਾਲ ਜੁੜੇ ਸਨ ਔਰ ਇਹਨਾਂ ਦੀ ਸੇਵਾ ਸੰਭਾਲ ਕੀਤੀ ਸੀ। ਅਸੀਂ ਇਤਿਹਾਸ ਪੜ੍ਹ ਕੇ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਭਗਤ ਪੂਰਨ ਸਿੰਘ ਹੋਰਾਂ ਨੇ ਵੀ ਸਿੱਖ ਚਰਨਿਆਂ 'ਤੇ ਕੰਮ ਕੀਤਾ ਔਰ ਅੱਜ ਵੀ ਪਿੰਗਲ ਬੜਾ ਚੱਲ ਰਿਹਾ। ਅਸੀਂ ਦੇਖਿਆ ਕਿ ਸਾਡੇ ਇਸ ਦਿੱਲੀ ਸ਼ਹਿਰ ਦੇ ਵਿੱਚ ਵੀ ਇੰਨੇ ਵਸਦੇ ਸ਼ਹਿਰਾਂ 'ਚ ਇਹ ਪਰਿਵਾਰ ਰਹਿੰਦੇ ਨੇ। ਇੱਥੇ ਅਸੀਂ ਲੰਗਰ ਦੀ ਸੇਵਾ ਆਰੰਭ ਕੀਤੀ ਹੈ ਇਹਨਾਂ ਵਾਸਤੇ ਔਰ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਇਸ ਗੱਲ ਦਾ ਉਪਰਾਲਾ ਕੀਤਾ ਕਿ ਇਹਨਾਂ ਪਰਿਵਾਰਾਂ ਤੱਕ ਅਸੀਂ ਪਹੁੰਚੀਏ ਔਰ ਗੁਰੂ ਅਮਰਦਾਸ ਪਾਤਸ਼ਾਹ ਦਾ ਮੈਸੇਜ ਦੇਈਏ। ਸੋ ਅੱਜ ਅਸੀਂ ਇੱਥੇ ਲੰਗਰ ਲੈ ਕੇ ਆਏ ਔਰ ਹਰ ਮਹੀਨੇ ਅਸੀਂ ਇੱਥੇ ਲੰਗਰ ਲੈ ਕੇ ਆਉਣਾ ਇਹਨਾਂ ਵਾਸਤੇ। ਔਰ ਮੇਰੇ ਨਾਲ ਅੱਜ ਜਪ ਜਾਪ ਸੇਵਾ ਟਰੱਸਟ ਦੇ ਵੀਰ ਵੀ ਨੇ ਜਿਹੜੇ ਹਮੇਸ਼ਾ ਹੀ ਏਮਜ਼ ਦੇ ਬਾਅਦ ਵੀ ਲੰਗਰ ਲਾਉਂਦੇ ਨੇ, ਉੱਥੇ ਵੀ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਹਾਂ, ਹੁਣ ਅਸੀਂ ਇੱਥੇ ਲੈ ਕੇ ਆ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੱਧ ਤੋਂ ਵੱਧ ਸਾਡੇ ਨਾਲ ਵੀਰ ਜੁੜ ਸਕਦੇ ਆ ਉਹ ਸਾਡੇ ਨਾਲ ਜੁੜਨ, ਤਾਂ ਕਿ ਇਹ ਜਿੱਥੇ ਅਸੀਂ ਬਿਰਧ ਆਸ਼ਰਮ ਚਲਾ ਰਹੇ ਹਾਂ, ਜਿੱਥੇ ਅਸੀਂ ਏਮਜ਼ ਦੇ ਬਾਹਰ ਲੰਗਰ ਚਲਾ ਰਹੇ ਹਾਂ, ਅੱਜ ਅਸੀਂ ਇਸ ਸਮਾਜ ਦੇ ਨਾਲ ਜੁੜੇ ਹਾਂ ਔਰ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮੈਸੇਜ ਹੈ ਉਹ ਲੈ ਕੇ ਜਾ ਆਏ ਹਾਂ ਔਰ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਔਰ ਇਸ ਪ੍ਰਕਾਸ਼ ਪੁਰਬ ਨੂੰ ਉਹਨਾਂ ਦੇ ਦਿਖਾਏ ਰਸਤੇ 'ਤੇ ਚੱਲ ਰਹੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਵਾਸਤੇ ਹੋਰ ਵੀ ਕੋਈ ਦਵਾ ਕੋਈ ਹੋਰ ਚੀਜ਼ ਚਾਹੀਦੀ ਹੋਏਗੀ ਉਹ ਵੀ ਸਹੂਲਤਾਂ ਇਹਨਾਂ ਨੂੰ ਦੇਵਾਂਗੇ ਔਰ ਇਸੇ ਆਸ ਦੇ ਨਾਲ ਅੱਜ ਅਸੀਂ ਸਾਰੇ ਵੀਰ ਇੱਥੇ ਪਹੁੰਚੇ ਹਾਂ। ਦੇਸ਼ਾਂ ਵਿਦੇਸ਼ਾਂ ਦੀ ਬੈਠੀ ਸੰਗਤ ਨੂੰ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਲੱਖ ਲੱਖ ਵਧਾਈ ਹੋਏ।